ਠੀਕ ਹੈ, ਮੈਂ ਜੱਟਾਂ ਦੀ ਕੁੜੀ ਹਾਂ, ਸੰਧੂਆਂ ਦੀ, ਤੇ ਮੇਰਾ ਡੈਡੀ ਲੋ ਨਹੀਂ ਕਰਦਾ, ਪਰ ਸਾਡੇ ਘਰੇ ਗਰੀਬੀ ਵੀ, ਅਸੀਂ ਗਰੀਬ ਜੱਟ ਆ। ਮੇਰੇ ਨਾਲ ਇਹ ਫਸਟ ਜ਼ਿੰਦਗੀ ਦਾ, ਮੈਨੂੰ ਕੰਮ ਕਰਦੀ ਨੂੰ 13-14 ਸਾਲ ਹੋ ਗਏ ਨੇ ਸਰ, ਠੀਕ ਆ। ਮੇਰਾ ਇਹ ਜ਼ਿੰਦਗੀ ਦਾ ਪਹਿਲਾ ਸੀਗਾ ਜਿੱਥੇ ਮੈਨੂੰ ਡਿਸਰਿਸਪੈਕਟ ਮਿਲੀ। ਤੁਸੀਂ ਹੁਣ ਦਾਰੂ ਦੇ 4 ਪੈਗ ਲਾ ਕੇ ਮੈਨੂੰ ਕਹੋਗੇ ਤੁਹਾਡੇ ਵਿੱਚ ਨੱਚ, ਮੈਂ ਕਿਉਂ ਨੱਚਾਂ? ਸਾਡੇ ਘਰ 'ਚ ਵੀ ਵਿਆਹ ਹੁੰਦੇ ਨੇ, ਸਾਡੇ ਘਰ 'ਚ ਵੀ ਕਈ ਮਾਮਾ ਲੜ ਪੈਂਦਾ, ਫੁੱਫੜ ਲੜ ਪੈਂਦਾ, ਉਹ ਹੋ ਜਾਂਦੀਆਂ, ਪਰ ਸਾਡੇ ਮਾਮੇ ਫੁੱਫੜ ਦੂਜੀਆਂ ਕੁੜੀਆਂ ਨਾਲ ਨਹੀਂ ਜਾ ਕੇ ਗਾਲਾਂ ਕੱਢਦੇ, ਉਹ ਆਪਦੇ ਘਰਦਿਆਂ ਨਾਲ ਲੜਦੇ ਨੇ। ਵਿੱਚ ਵੇਖਿਆ ਜਾ ਰਿਹਾ ਇੱਕ ਬੰਦੇ ਨੇ, ਤੁਸੀਂ ਦੱਸ ਰਹੇ ਗਿਲਾਸ ਸੁੱਟਿਆ ਸੀ, ਗਿਲਾਸ ਮਾਰਿਆ, ਇੱਕ ਜਿਹੜਾ ਉਹਦੇ ਬਾਅਦ ਉੱਥੇ ਪੰਗਾ ਚੱਲਦਾ ਪਿਆ, ਤੁਹਾਨੂੰ ਖਿੱਚ ਕੇ ਲਿਜਾ ਰਹੇ ਨੇ, ਉਹ ਨੋਟਾਂ ਦੀ ਗੱਡੀ, ਉਹ ਦਿਖਾ ਰਹੇ ਸੀਗੇ ਕਿ ਅਸੀਂ ਤੈਨੂੰ ਖਰੀਦਿਆ ਹੋਇਆ ਆ। ਹਾਂ, ਉਹਦਾ ਮਤਲਬ ਅਸੀਂ ਤੈਨੂੰ ਖਰੀਦਿਆ ਹੋਇਆ ਆ। ਹਾਂ, ਮੈਂ ਬੱਚਿਆਂ ਨਾਲ ਪਰਫੋਰਮ ਕਰ ਰਹੀ ਸੀ, ਬੱਚੇ ਲੱਗੇ ਹੋਏ ਸੀ ਮੇਰੇ ਨਾਲ ਡਾਂਸ ਕਰਨ ਨੂੰ, ਤੇ ਮੈਂ ਬੱਚਿਆਂ ਨਾਲ ਕਰ ਰਹੀ ਸੀ, ਤੇ ਮੈਂ ਨਹੀਂ ਧਿਆਨ ਦੇ ਰਹੀ ਸੀ। ਉਹ ਕਹਿੰਦੇ ਨਾ ਜਦੋਂ ਹੱਥ ਨਹੀਂ ਆਇਆ ਤੇ ਤੂੰ ਕੌੜੀ, ਆਪਾਂ ਕਹਿ ਦਿੰਦੇ ਜਿਹਨੂੰ, ਹੈ ਨਾ, ਤੇ ਆਹ ਗੱਲ ਸੀਗੀ। ਚਲੋ, ਉਸ ਤੋਂ ਬਾਅਦ ਮੈਨੂੰ ਕਹਿੰਦੇ ਪਿੱਛੇ ਜਾ, ਮੇਰੀ ਫਿਰ ਅੜੀ ਸੀਗੀ ਕਿ ਬਾਏ, ਮੈਂ ਤੁਹਾਨੂੰ ਕਿਹਾ ਕੀ ਆ, ਮੈਂ ਕਿਉਂ ਸਟੇਜ ਤੋਂ ਨੀਚੇ ਜਾਵਾਂ, ਮੈਨੂੰ, ਮੈਂ ਆਰਟਿਸਟ ਹਾਂ, ਸਟੇਜ ਮੇਰੀ ਪਹਿਚਾਣ ਆ, ਮੈਂ ਸਟੇਜ ਤੇ ਨਹੀਂ, ਮੈਂ ਸਟੇਜ ਤੇ ਖੜੀ ਹਾਂ, ਤੁਸੀਂ ਕੌਣ ਹੁੰਦੇ ਹੋ ਮੈਨੂੰ ਕਹਿਣ ਵਾਲੇ ਕਿ ਪਰੇ ਜਾ, ਤੁਸੀਂ ਪੇਮੈਂਟ ਦਿੱਤੀ ਇਸ ਕਰਕੇ। ਜਦੋਂ ਉਹਨਾਂ ਨੇ ਫਿਰ ਮੈਨੂੰ ਇੱਦਾਂ ਇਹੋ ਜਿਹੀਆਂ ਹਰਕਤਾਂ ਕੀਤੀਆਂ, 2 ਤਰ੍ਹਾਂ ਦੂਰੋਂ ਆਵਾਜ਼ਾਂ ਵੀ ਆ ਰਹੀਆਂ ਸੀ ਗਾਲ ਦੀਆਂ, ਫਿਰ ਮੈਂ ਵੀ ਫਿਰ ਗਾਲਾਂ ਕੱਢੀਆਂ, ਦੇਖੋ ਜੀ ਆਪਾਂ ਜੇ ਕੋਈ ਇੱਜ਼ਤ ਕਰਦੇ ਹਾਂ, ਤੁਸੀਂ ਆਏ ਹੋ ਏਡੇ ਇੱਜ਼ਤ ਮਾਰਨਾ, ਆਪਾਂ ਤੁਹਾਡੀ ਇੱਜ਼ਤ ਕੀਤੀ, ਮੇਰਾ ਦਿਮਾਗ ਤਾਂ ਪਾਗਲ ਹੀ, ਮੈਂ ਤੁਹਾਨੂੰ ਗਾਲਾਂ ਕੱਢਾਂਗੀ? ਸਭ ਜੀ, ਦੇਖੋ ਇਹ ਤੁਹਾਡਾ ਇੱਕ ਧੰਦਾ ਹੈ, ਮਤਲਬ ਜਿਹੜਾ ਕੰਮ ਹੈ ਜਿਹੜਾ ਤੁਸੀਂ ਸਟੇਜ ਤੇ ਕਰ ਰਹੇ ਹੋ, ਇੱਜ਼ਤ ਮਾਨ ਸਭ ਦੀ ਹੁੰਦੀ ਹੈ, ਸਭ ਭੈਣਾਂ ਦੀ ਇੱਜ਼ਤ ਹੁੰਦੀ ਹੈ, ਅਸੀਂ ਅਗਰ ਕਿਸੇ ਦੀ ਇੱਜ਼ਤ ਕਰਾਂਗੇ ਤਾਂ ਇੱਜ਼ਤ ਮਿਲੇਗੀ। ਉਹਨਾਂ ਨੇ ਤੁਹਾਡੇ ਨਾਲ ਗਲਤ ਵਿਵਹਾਰ ਕੀਤਾ, ਉਹਦੇ ਬਾਅਦ ਤੁਸੀਂ ਹਾਈਪਰ ਹੋ ਗਏ, ਤੁਸੀਂ ਜੋ ਹੈ ਗਾਲਾਂ, ਓਬਵੀਅਸਲੀ ਮੈਂ ਵੀ ਗਾਲਾਂ ਕੱਢੀਆਂ, ਜਿਹੜੀ ਗਾਲ ਤੁਸੀਂ ਕਹੋਗੇ ਤਾਂ ਫਿਰ ਉਹਨੇ ਵੀ ਬਚਪਨ ਤੋਂ ਸੁਣੀਆਂ ਹੁੰਦੀਆਂ ਵਾ ਗਾਲਾਂ, ਠੀਕ ਹੈ, ਉਹ ਵੀ ਕਰ ਸਕਦੀ ਹੈ, ਤਾਂ ਦੇਵਾਈਜ਼ ਮੈਂ ਕੱਢੀਆਂ ਗਾਲਾਂ ਉਹਨਾਂ ਨੂੰ, ਠੀਕ ਹੈ, ਉਸ ਟਾਈਮ ਹਾਈਪਰ ਸੀਗੀ, ਮੈਂ ਉਹਨਾਂ ਨੂੰ ਗਾਲਾਂ ਕੱਢੀਆਂ, ਬਹੁਤ ਕੱਢੀਆਂ। ਉਸ ਤੋਂ ਬਾਅਦ ਚਲੋ ਜੀ ਮੈਨੂੰ ਅੰਦਰ ਲੈ ਕੇ ਗਏ, ਉਸ ਤੋਂ ਬਾਅਦ ਮੈਨੂੰ ਸਾਰੇ ਸਮਝਾਏ, ਤੁਸੀਂ ਦੇਖੋ ਜੇ ਤਾਂ ਤੁਹਾਨੂੰ ਇਹ ਕੰਮ ਇਵੇਂ ਲੱਗਦਾ ਵਾ, ਤੁਸੀਂ ਕੰਮ ਕਿਉਂ ਕਰਦੇ ਹੋ ਇਸ ਲਾਈਨ ਦੇ ਵਿੱਚ, ਪਹਿਲਾਂ ਜਿਹੜਾ ਮਿਸਬਿਹੇਵ ਹੋਇਆ ਉਹ ਚੀਜ਼ਾਂ ਤਾਂ ਰਿਕਾਰਡ ਨਹੀਂ ਹੋਈਆਂ ਨੇ, ਉਹ ਤੁਸੀਂ ਪੈਲਸ ਦੇ ਵਿੱਚ ਰਿਕਾਰਡ ਕਰਵਾਓ, ਗੱਲ ਕੀ ਹੋਈ ਸੀ ਜਿੱਦਾਂ ਕਿੱਦਾਂ। ਉਹਨਾਂ ਨੇ ਮੈਨੂੰ ਕਿਹਾ ਜਾ ਪਰੇ ਜਾ, ਅੱਧਾ ਜਾ, ਕਿਉਂ ਮੈਂ, ਮੇਰੇ ਪਤਾ ਨਹੀਂ ਕਿਉਂ ਇੱਕ ਬੰਦੇ ਦੇ ਖੂਨ 'ਚ ਹੁੰਦੀ ਨਾ ਚੀਜ਼ ਕਿ ਯਾਰ ਮੈਂ ਡਾਂਸ ਕਰਨਾ ਵਾ, ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਘੱਟਦਾ ਸੀ ਜੇ ਮੈਂ ਉੱਥੇ ਖੜੀ ਰਹਿੰਦੀ ਤਾਂ। ਉਹਨਾਂ ਦੀਆਂ ਬੇਟੀਆਂ ਮੇਰੇ ਨਾਲ ਆ ਕੇ ਡਾਂਸ ਕਰ ਰਹੀਆਂ ਸੀ, ਛੋਟੀਆਂ ਛੋਟੀਆਂ, ਮੇਰੇ ਕੋਲ ਵੀਡੀਓ ਹੈਗੀ ਹੈ, ਉਹਨਾਂ ਦੀਆਂ ਬੇਟੀਆਂ ਡਾਂਸ ਕਰ ਰਹੀਆਂ ਸੀ ਮੇਰੇ ਨਾਲ, ਤੇ ਜੇ ਮੈਂ ਉੱਥੇ ਖੜੀ ਰਹਿੰਦੀ ਤਾਂ ਕੀ ਕਰ ਜਾਂਦਾ, ਜੇ ਮੈਂ ਤੁਹਾਡੀ ਗੱਲ ਨਹੀਂ ਮੰਨੀ ਮਤਲਬ ਸਟੇਜ ਤੋਂ ਪਰੇ ਜਾ, ਕਿਉਂ? ਸਤਿ ਸ਼੍ਰੀ ਅਕਾਲ ਜੀ, ਸੁਰਕਾਬ ਤੇ ਰਹਿਮਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੀਰ ਰਾਹੀ। ਕੱਲ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਇੱਕ ਵਿਆਹ ਦੇ ਵਿੱਚ ਇੱਕ ਡਾਂਸਰ ਦਾ ਤੇ ਜਿਹੜੇ ਉੱਥੇ ਵਿਆਹ ਦੇ ਵਿੱਚ ਆਏ ਹੋਏ ਹਨ ਕੁਝ ਲੋਕ, ਉਹਨਾਂ ਦਾ ਵਿਵਾਦ ਹੋ ਜਾਂਦਾ ਹੈ, ਤੇ ਉਸ ਵਿੱਚ ਇੰਨਾ ਜ਼ਿਆਦਾ ਮਾਮਲਾ ਭਖ ਜਾਂਦਾ ਹੈ ਕਿ ਡਾਂਸਰ ਵੱਲੋਂ ਵੀ ਜੋ ਹੈ ਗਾਲੀਆਂ ਕੱਢੀਆਂ ਜਾਂਦੀਆਂ, ਤੇ ਜਿਹੜੇ ਉਹ ਲੋਕ ਸੀ ਉਹਨਾਂ ਵੱਲੋਂ ਵੀ ਕੁਛ ਡਾਂਸਰ ਦੇ ਉੱਤੇ ਸੁੱਟ ਕੇ ਮਾਰਿਆ ਜਾਂਦਾ, ਤੇ ਕਾਫੀ ਮਾਮਲਾ ਤਣਾਅਪੂਰਨ ਵੀ ਹੋ ਜਾਂਦਾ ਹੈ। ਕੀ ਇਹ ਪੂਰਾ ਮਾਮਲਾ, ਕਿਉਂਕਿ ਉਹ ਡਾਂਸਰ ਅੱਜ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮਾਮਲਾ ਉੱਥੇ ਕੀ ਇਹੋ ਜਿਹਾ ਭਖਿਆ ਕਿ ਜਿਸ ਕਰਕੇ ਬਹੁਤ ਜ਼ਿਆਦਾ ਵਿਵਾਦ ਹੋ ਗਿਆ। ਪਹਿਲਾਂ ਤੇ ਕੀ ਨਾਂ ਹੈ ਜੀ ਤੁਹਾਡਾ? ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਸਿਮਰ ਸੰਧੂ, ਤੇ ਮੈਂ ਸਿਰਫ ਇੱਕ ਮੈਸੇਜ ਇਹਨਾਂ ਨੂੰ ਇਹ ਦੇਣਾ ਸੀਗਾ ਕਿ ਬਈ ਜੇ ਲੜਾਈ ਹੋ ਜਾਂਦੇ, ਦੇਖੋ ਜਿਹੜੀ ਗੱਲ ਹੋਈ ਹੈ ਨਾ ਉਹ ਤਾਂ ਇੱਕ ਕਾਮਨ ਜੀ ਗੱਲ ਹੈ, ਠੀਕ ਹੈ, ਕਿਉਂਕਿ ਵਿਆਹਾਂ ਸ਼ਾਦੀਆਂ ਤੇ ਲੋਕਾਂ ਨੇ ਦਾਰੂ ਪੀਤੀ ਹੁੰਦੀ, ਓਬਵੀਅਸਲੀ ਨੋਰਮਲ ਜੀ ਗੱਲ ਆ, ਹੁੰਦਾ ਹੁੰਦਾ ਇੱਦਾਂ। ਬਾਕੀ ਕਈ ਲੋਕ ਸਾਨੂੰ ਕਹਿੰਦੇ ਨੇ ਸਟੇਜ ਤੇ ਨੀਚੇ ਆ ਜਾ, ਨੀਚੇ ਆ ਕੇ ਡਾਂਸ ਕਰ, ਅਸੀਂ ਕਹਿੰਦੇ ਕਿ ਬਈ ਨੀਚੇ ਆ ਕੇ ਡਾਂਸ ਨਹੀਂ ਕਰਨਾ, ਕਈ ਲੋਕ ਮੰਨ ਜਾਂਦੇ ਨੇ, ਇਟਸ ਓਕੇ, ਵੀ ਆਰ ਹੈਪੀ, ਹੈ ਨਾ, ਤੇ ਕਈ ਲੋਕ ਜਿੱਦ ਫੜ ਲੈਂਦੇ ਨੇ ਕਿ ਨਹੀਂ ਜੀ ਅਸੀਂ ਪੈਸੇ ਦਿੱਤੇ ਹੋਏ ਆ, ਅਸੀਂ ਪੈਸੇ ਦਿੱਤੇ ਹੋਏ ਆ, ਇੱਦਾਂ ਕਿੱਦਾਂ। ਫਿਰ ਮੈਨੂੰ ਕਹਿ ਰਹੇ ਤੂੰ ਨਾ ਸਾਈਡ ਤੇ ਜਾ,
ਪਰੇ ਜਾ ਤੂੰ, ਅਸੀਂ ਤੈਨੂੰ ਸਟੇਜ ਤੇ ਡਾਂਸ ਨਹੀਂ ਕਰਨ ਦੇਣਾ। ਮੈਨੂੰ ਇੱਕ ਚੀਜ਼ ਪਹਿਲੇ ਕਿ ਜਿੱਥੇ ਵਿਆਹ ਫੰਕਸ਼ਨ ਸੀ, ਮੈਰਿਜ ਫੰਕਸ਼ਨ ਸੀ, ਉਹ ਹੈ ਕਿੱਥੇ ਸੀ ਤੇ ਕਿ ਉਹ ਵਿਵਾਦ ਜਿਹੜਾ ਕਿੱਦਾਂ ਵਧਿਆ? ਇਹ ਸੀਗਾ ਜੀ ਆਪਣਾ ਸਮਰਾਲਾ ਗਿੱਲ ਰਿਜ਼ੋਰਟ, ਹਾਂ ਸ਼ਾਇਦ ਗਿੱਲ ਰਿਜ਼ੋਰਟ ਸੀਗਾ ਸਮਰਾਲੇ। ਤੇ ਵਿਵਾਦ ਕੁਛ ਨਹੀਂ, ਜਿਹੜਾ ਮੈਂ ਤੁਹਾਨੂੰ ਹੁਣੇ ਸਟਾਰਟਿੰਗ ਦੱਸੀ ਆ ਕਿ ਇਹ ਤਾਂ ਕਾਮਨ ਜੀ ਗੱਲ ਆ, ਲੋਕੀ ਸਾਰੇ ਸਾਨੂੰ ਮਤਲਬ ਇਹੀ ਸਮਝਦੇ ਕਿ ਡਾਂਸਰ ਆ ਠੀਕ ਆ, ਖਰੀਦੀ ਹੋਈ ਆ ਸਾਡੀ, ਹੈ ਨਾ, ਜਾਂ ਕੁਛ ਵੀ ਏਦਾਂ ਸਮਝਦੇ ਨੇ। ਬਟ ਮੈਂ ਇਹ ਮੈਸੇਜ ਦਊਂਗੀ ਕਿ ਬਈ ਦੇਖੋ, ਆਪਾਂ ਤੁਸੀਂ ਪੇਮੈਂਟ ਦਿੰਦੇ ਹੋ, ਅਸੀਂ ਆਰਟਿਸਟ ਆ, ਅਸੀਂ ਕੰਮ ਕਰਦੇ ਹਾਂ ਠੀਕ ਆ। ਤੇ ਪਹਿਲੀ ਗੱਲ ਤੇ ਇੱਕ ਡਾਂਸਰ ਹੁੰਦੀ ਆ ਜਿਹੜੀ ਮੁਜਰੇ ਕਰਦੀ ਆ, ਇੱਕ ਡਾਂਸਰ ਹੁੰਦੀ ਆ ਜਿਹੜੀ ਵੈਸਟਰਨ ਕਰਦੀ ਆ, ਇੱਕ ਡਾਂਸਰ ਹੁੰਦੀ ਆ ਜਿਹੜੀ ਕਲਚਰ ਕਰਦੀ ਆ, ਤੇ ਚੌਥੇ ਨੰਬਰ ਤੇ ਕੁੜੀਆਂ ਹੁੰਦੀਆਂ ਜਿਹੜੀਆਂ ਪ੍ਰੋਸਟੀਟਿਊਟ ਹੁੰਦੀਆਂ ਨੇ ਠੀਕ ਹੈ। ਇਹਨਾਂ ਵੱਖਰੀਆਂ ਵੱਖਰੀਆਂ ਕੁੜੀਆਂ 'ਚ ਡਿਫਰੈਂਸ ਨੇ। ਆਪਾਂ ਜਿਹੜੀਆਂ ਸਾਰੀਆਂ ਨੂੰ ਮਿਕਸ ਕਰ ਲੈਂਦੇ ਹਾਂ ਨਾ ਦਾਰੂ ਪੀਣ ਤੋਂ ਬਾਅਦ ਕਿ ਇਹ ਵੀ ਉਹੀ ਹੋਊਗੀ, ਇਹ ਚੀਜ਼ ਨਹੀਂ ਉਹਨਾਂ ਨੂੰ ਸੋਚਣੀ ਚਾਹੀਦੀ। ਇਹ ਬਾਕੀ ਇਹਨਾਂ ਨੇ ਮੈਨੂੰ ਬੁਲਾਇਆ ਹੈ ਨਾ ਸਟੇਜ ਤੇ, ਚਲੋ ਫਿਰ ਉਸ ਤੋਂ ਬਾਅਦ ਮੈਨੂੰ ਮੇਰੀ ਡਿਸਰਿਸਪੈਕਟ ਕਰ ਰਿਹਾ ਕਿ ਤੁਸੀਂ ਜਾਓ ਇੱਥੋਂ, ਵਜ੍ਹਾ ਕੀ ਕਿਉਂ ਜਾਣ ਕੀ ਸੀ ਕਿ ਮੈਂ ਨੀਚੇ ਨਹੀਂ ਡਾਂਸ ਕਰ ਰਹੀ ਸੀ ਉਹਨਾਂ ਦੇ ਨਾਲ, ਉਹਨਾਂ ਦੇ ਉਹ ਕਹਿ ਰਹੇ ਕਿ ਸਟੇਜ ਤੋਂ ਉਤਰ ਕੇ ਜਿਹੜੇ ਅਸੀਂ ਇਕੱਠੇ ਹੋ ਕੇ ਥੱਲੇ ਡਾਂਸ ਕਰ ਰਹੇ ਉਹਨਾਂ ਦੇ ਵਿੱਚ ਤੁਸੀਂ ਵੀ ਡਾਂਸ ਕਰੋ। ਹਾਂਜੀ, ਤੇ ਉਹਨਾਂ ਨੂੰ ਉਹਨਾਂ ਵੱਲ ਦੇਖੋ, ਮੈਂ ਕਰ ਰਹੀ ਸੀ ਬੱਚਿਆਂ ਨਾਲ, ਮੇਰੇ ਕੋਲ ਹੁਣ ਵੀ ਵੀਡੀਓ ਪਈ ਹੋਈ ਆ, ਮੈਂ ਬੱਚਿਆਂ ਨਾਲ ਪਰਫਾਰਮ ਕਰ ਰਹੀ ਸੀ, ਬੱਚੇ ਲੱਗੇ ਹੋਏ ਸੀ ਮੇਰੇ ਨਾਲ ਡਾਂਸ ਕਰਨ ਨੂੰ, ਤੇ ਮੈਂ ਬੱਚਿਆਂ ਨਾਲ ਕਰ ਰਹੀ ਸੀ ਤੇ ਮੈਂ ਨਹੀਂ ਧਿਆਨ ਦੇ ਰਹੀ ਸੀ। ਉਹ ਕਹਿੰਦੇ ਨਾ ਜਦੋਂ ਹੱਥ ਨਹੀਂ ਆਇਆ ਤੇ ਥੂ ਕੌੜੀ ਆਪਾਂ ਕਹਿ ਦਿੰਦੇ ਜਿਹਨੂੰ, ਹੈ ਨਾ, ਤੇ ਆਹ ਗੱਲ ਸੀਗੀ। ਚਲੋ ਉਸ ਤੋਂ ਬਾਅਦ ਮੈਨੂੰ ਕਹਿੰਦੇ ਪਿੱਛੇ ਜਾ, ਮੇਰੀ ਫਿਰ ਅੜੀ ਸੀਗੀ ਕਿ ਵਾਏ ਮੈਂ ਤੁਹਾਨੂੰ ਕਿਹਾ ਕੀ ਆ, ਮੈਂ ਕਿਉਂ ਸਟੇਜ ਤੋਂ ਨੀਚੇ ਜਾਵਾਂ, ਮੈਨੂੰ, ਮੈਂ ਆਰਟਿਸਟ ਹਾਂ, ਸਟੇਜ ਮੇਰੀ ਪਹਿਚਾਣ ਆ, ਮੈਂ ਸਟੇਜ ਤੇ ਨਹੀਂ, ਮੈਂ ਸਟੇਜ ਤੇ ਖੜੀ ਹਾਂ, ਤੁਸੀਂ ਕੌਣ ਹੁੰਦੇ ਹੋ ਮੈਨੂੰ ਕਹਿਣ ਵਾਲੇ ਕਿ ਪਰੇ ਜਾ, ਤੁਸੀਂ ਪੇਮੈਂਟ ਦਿੱਤੀ ਇਸ ਕਰਕੇ ਠੀਕ ਹੈ ਨਾ, ਤੁਸੀਂ ਹੁੰਦੇ ਕੌਣ ਇਹ ਗੱਲ ਕਹਿਣ। ਬਸ ਮੈਨੂੰ ਇਹ ਥੋੜੀ ਜਿਹੀ ਲੱਗ ਗਈ ਤੇ ਮੈਂ ਨਹੀਂ ਜਾ ਰਹੀ ਸੀ। ਫਿਰ ਉਹਨਾਂ ਨੇ ਕੀ ਕੀਤਾ, ਦੂਸਰੇ ਮੁੰਡੇ ਨੇ ਆ ਕੇ ਗਲਾਸ ਮਾਰਿਆ, ਖਿੱਚ ਕੇ ਮਾਰਿਆ, ਤਾਂ ਮੈਂ ਪੈਗ ਦਾ ਭਰਿਆ ਹੋਇਆ ਸੀਗਾ, ਡਰਿੰਕ ਸੀਗੀ ਉਹਦੇ ਅੰਦਰ, ਹਾਂ, ਉਹ ਪੈਗ ਮੇਰੇ ਮਾਰਿਆ, ਉਹ ਚਲੋ ਨਹੀਂ ਲੱਗਿਆ ਮੈਨੂੰ, ਹੈ ਨਾ, ਐਵੇਂ ਮੈਂ ਕਹਾਂ ਕਿ ਲੱਗਿਆ ਸੀਗਾ, ਨਹੀਂ ਲੱਗਿਆ ਮੈਨੂੰ ਉਹ, ਸਾਈਡ ਤੇ ਮੈਂ ਹੋ ਗਈ ਸੀਗੀ। ਤੇ ਫਿਰ ਮੈਨੂੰ ਜਿਹੜਾ ਆਰਗੇਨਾਈਜ਼ਰ ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਸੀਗਾ, ਉਹਨਾਂ ਨੇ ਮੈਨੂੰ ਫੜ ਕੇ ਲੈ ਕੇ ਜਾ ਰਹੇ ਸੀ, ਤੇ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਕਿ ਤੁਹਾਡੀ ਰਿਸਪੋਂਸਿਬਿਲਟੀ ਬਣਦੀ ਹੈ, ਤੁਸੀਂ ਉਹਨਾਂ ਨੂੰ ਕਹਿਣ ਦੀ ਬਜਾਏ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਗਲਤ ਆ, ਇਹ ਗੱਲ ਤੁਹਾਨੂੰ ਕਹੀ ਗਈ ਕਿ ਮੈਂ ਗਲਤ ਆ, ਮੇਰੀ ਗਲਤੀ ਆ। ਮੈਂ ਕਿਹਾ ਅੱਛਾ ਠੀਕ ਹੈ, ਮੈਂ ਕਿਹਾ ਮੰਨਦੀ ਹਾਂ ਮੇਰੀ ਗਲਤੀ ਆ, ਫਿਰ ਮੈਂ ਆਪਣਾ ਮਾਮਲਾ ਆਪੇ ਹੈਂਡਲ ਕਰਾਂਗੀ। ਜਦੋਂ ਉਹਨਾਂ ਨੇ ਫਿਰ ਮੈਨੂੰ ਇਦਾਂ ਇਹੋ ਜਿਹੀਆਂ ਹਰਕਤਾਂ ਕੀਤੀਆਂ, ਦੋ ਤਰਫ ਦੂਰੋਂ ਆਵਾਜ਼ਾਂ ਵੀ ਆ ਰਹੀਆਂ ਸੀ ਗਾਲ ਦੀਆਂ, ਫਿਰ ਮੈਂ ਵੀ ਫਿਰ ਗਾਲਾਂ ਕੱਢੀਆਂ। ਦੇਖੋ ਜੀ, ਆਪਾਂ ਜੇ ਕੋਈ ਇੱਜ਼ਤ ਕਰਦੇ ਹਾਂ, ਤੁਸੀਂ ਆਏ ਹੋ ਏਡੇ ਇੱਜ਼ਤ ਮਾਰਨਾ, ਆਪਾਂ ਤੁਹਾਡੀ ਇੱਜ਼ਤ ਕੀਤੀ, ਮੇਰਾ ਦਿਮਾਗ ਤਾਂ ਪਾਗਲ ਹੀ, ਮੈਂ ਤੁਹਾਨੂੰ ਗਾਲਾਂ ਕੱਢਾਂਗੀ ਠੀਕ ਹੈ ਨਾ। ਤੇ ਫਿਰ ਉਹਨਾਂ ਨੇ ਮੈਨੂੰ ਇੱਦਾਂ ਦਾ ਬੋਲਿਆ। ਤੇ ਸਾਹਿਬ ਜੀ ਦੇਖੋ, ਇਹ ਤੁਹਾਡਾ ਇੱਕ ਧੰਦਾ ਹੈ, ਮਤਲਬ ਜਿਹੜਾ ਕੰਮ ਹੈ ਜਿਹੜਾ ਤੁਸੀਂ ਸਟੇਜ ਤੇ ਕਰ ਰਹੇ ਹੋ, ਇੱਜ਼ਤ ਮਾਨ ਸਭ ਦੀ ਹੁੰਦੀ ਹੈ, ਸਭ ਭੈਣਾਂ ਦੀ ਇੱਜ਼ਤ ਹੁੰਦੀ ਹੈ, ਅਸੀਂ ਅਗਰ ਕਿਸੇ ਦੀ ਇੱਜ਼ਤ ਕਰਾਂਗੇ ਤਾਂ ਇੱਜ਼ਤ ਮਿਲੇਗੀ, ਇੱਜ਼ਤ ਮਿਲੇਗੀ। ਉਹਨਾਂ ਨੇ ਤੁਹਾਡੇ ਨਾਲ ਗਲਤ ਵਿਵਹਾਰ ਕੀਤਾ, ਉਹਦੇ ਬਾਅਦ ਤੁਸੀਂ ਹਾਈਪਰ ਹੋ ਕੇ ਤੁਸੀਂ ਜੋ ਹੈ ਗਾਲਾਂ, ਓਬਵੀਅਸਲੀ ਮੈਂ ਵੀ ਗਾਲਾਂ ਕੱਢੀਆਂ, ਕਿਉਂਕਿ ਮੈਨੂੰ ਨਹੀਂ ਅੱਛਾ ਲੱਗਿਆ ਯਾਰ। ਤੁਸੀਂ ਤੁਸੀਂ ਕਹਿੰਦੇ ਕਿ ਅਸੀਂ ਮੇਲ ਪਰਸਨ ਆ, ਅਸੀਂ ਮੇਲ ਹਿਊਮਨ ਆ, ਅਸੀਂ ਕੁੜੀ ਨੂੰ ਗਾਲਾਂ ਕੱਢ ਸਕਦੇ ਹਾਂ, ਸ਼ੀ ਇਜ਼ ਗਰਲ, ਓਕੇ, ਉਹ ਗਾਲਾਂ ਨਹੀਂ ਕੱਢ ਸਕਦੀ, ਵਾਏ ਉਹਦੀ ਵੀ ਜ਼ਬਾਨ ਹੈਗੀ, ਉਹਨੂੰ ਵੀ ਪਰਮਾਤਮਾ ਨੇ ਜ਼ਬਾਨ ਦਿੱਤੀ ਆ, ਜਿਹੜੀ ਗੱਲ ਤੁਸੀਂ ਕਹੋਗੇ ਤਾਂ ਫਿਰ ਉਹਨੇ ਵੀ ਬਚਪਨ ਤੋਂ ਸੁਣੀਆਂ ਹੁੰਦੀਆਂ ਵਾ ਗਾਲਾਂ, ਠੀਕ ਹੈ, ਉਹ ਵੀ ਕੱਢ ਸਕਦੀ ਆ। ਤਾਂ ਦੇ ਵਾਈਜ਼ ਮੈਂ ਕੱਢਤੀਆਂ ਗਾਲਾਂ ਉਹਨਾਂ ਨੂੰ ਠੀਕ ਆ, ਉਸ ਟਾਈਮ ਹਾਈਪਰ ਸੀਗੀ, ਮੈਂ ਉਹਨਾਂ ਨੂੰ ਗਾਲਾਂ ਕੱਢੀਆਂ, ਬਹੁਤ ਕੱਢੀਆਂ। ਉਸ ਤੋਂ ਬਾਅਦ ਚਲੋ ਜੀ ਮੈਨੂੰ ਅੰਦਰ ਲੈ ਕੇ ਗਏ, ਉਸ ਤੋਂ ਬਾਅਦ ਮੈਨੂੰ ਸਾਰੇ ਸਮਝਾ ਰਹੇ, ਤੁਸੀਂ ਦੇਖੋ ਜੇ ਤਾਂ ਤੁਹਾਨੂੰ ਇਹ ਕੰਮ ਇਵੇਂ ਲੱਗਦਾ ਵਾ, ਤੁਸੀਂ ਕੰਮ ਕਿਉਂ ਕਰਦੇ ਹੋ ਇਸ ਲਾਈਨ ਦੇ ਵਿੱਚ। ਕਈ ਚੰਗੇ ਇਨਸਾਨ ਜਿਹੜੇ ਆਏ ਮੈਨੂੰ ਕਹਿਣ ਵਾਸਤੇ ਕਿ ਜੇ ਤਾਂ ਤੁਹਾਨੂੰ ਲੱਗਦਾ ਵਾ ਕਿ ਲਾਈਨ ਚੰਗੀ ਨਹੀਂ ਹੈਗੀ, ਮੈਂ ਕਿਹਾ ਲਾਈਨ ਮੇਰੇ ਨਾਲ ਇਹ ਫਸਟ ਜ਼ਿੰਦਗੀ ਦਾ, ਮੈਨੂੰ ਕੰਮ ਕਰਦੀ ਨੂੰ 13-14 ਸਾਲ ਹੋ ਗਏ ਨੇ ਸਰ ਠੀਕ ਆ, ਮੇਰਾ ਇਹ ਜ਼ਿੰਦਗੀ ਦਾ ਪਹਿਲਾ ਸੀਗਾ ਜਿੱਥੇ ਮੈਨੂੰ ਡਿਸਰਿਸਪੈਕਟ ਮਿਲੀ।
ਠੀਕ ਆ, ਮੈਨੂੰ ਬੱਚੇ ਵੀ ਪਿਆਰ ਕਰਦੇ ਨੇ, ਮੈਨੂੰ ਲੇਡੀਜ਼ ਆ ਕੇ ਹੱਕ ਕਰਦੀਆਂ ਨੇ, ਲੇਡੀਜ਼ ਆ ਕੇ ਮੈਨੂੰ ਸਟੇਜ ਤੋਂ ਨੀਚੇ ਵੀ ਬੁਲਾ ਲੈਂਦੀਆਂ ਤੇ ਮੈਂ ਚੱਲ ਵੀ ਜਾਂਦੀ ਹਾਂ। ਚਲੋ ਠੀਕ ਹੈ, ਲੇਡੀਜ਼ ਲੇਡੀਜ਼ ਵੀ ਜਾ ਸਕਦੇ ਬਿਲਕੁਲ। ਤੁਸੀਂ ਹੁਣ ਦਾਰੂ ਦੇ 4 ਪੈਗ ਲਾ ਕੇ ਮੈਨੂੰ ਕਹੋਗੇ ਤੁਹਾਡੇ ਵਿੱਚ ਨੱਚ, ਮੈਂ ਕਿਉਂ ਨੱਚਾ? ਠੀਕ ਹੈ ਨਾ, ਇੱਜ਼ਤ ਆ ਨਾ, ਤੇ ਮੈਂ ਮੁਜਰੇ ਵਾਲੀ ਹੈ ਨੀ। ਹਾਂ ਮੁਜਰੇ ਵਾਲੀਆਂ ਕੁੜੀਆਂ ਕਰਦੀਆਂ ਨੇ, ਉਹਨਾਂ ਦਾ ਪ੍ਰੋਫੈਸ਼ਨ, ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿ ਰਹੇ, ਉਹ ਵੀ ਗਰਲਸ ਨੇ, ਉਹਨਾਂ ਦਾ ਪ੍ਰੋਫੈਸ਼ਨ ਉਹ ਕਰਦੇ ਨੇ। ਆਪਾਂ ਤਾਂ ਪ੍ਰੋਸਟੀਟਿਊਟ ਨੂੰ ਵੀ ਗਲਤ ਨਹੀਂ ਕਹਿੰਦੇ, ਉਹਦੀ ਵੀ ਕੋਈ ਮਜਬੂਰੀ ਹੋਊਗੀ, ਉਹ ਆਪਣਾ ਕੰਮ ਕਰਦੀ ਆ, ਠੀਕ ਆ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਵਾ, ਇੱਕ ਕਲਚਰ ਡਾਂਸਰ ਇੱਕ ਪ੍ਰੋਸਟੀਟਿਊਟ ਦੇ ਵਿੱਚ ਫਰਕ ਹੁੰਦਾ ਹੈ, ਠੀਕ ਹੈ ਨਾ। ਤੁਸੀਂ ਕਹਿ ਰਹੇ ਪੈਸੇ ਦਿੱਤੇ, ਪੈਸੇ ਤੁਸੀਂ ਡਾਂਸ ਦੇ ਦਿੱਤੇ ਆ, ਉਹਦੀ ਆਬਰੂ ਲਈ ਨਹੀਂ, ਉਹਦੀ ਇੱਜ਼ਤ ਲਈ ਨਹੀਂ ਦਿੱਤੇ, ਠੀਕ ਆ। ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਆ ਕਿ ਬਈ ਦੇਖੋ, ਜੇ ਤੇ ਤੁਸੀਂ ਮਤਲਬ ਸਮਝਦੇ ਹੋ ਕਿ ਪੈਸੇ ਲੈ ਲਏ ਆ ਹਨਾ ਕੁੜੀ ਨੇ, ਤੇ ਮੈਂ ਕਿਹਾ ਤੁਸੀਂ ਆਪਦੇ ਪੈਸੇ ਵਾਪਸ ਲੈ ਲਓ, ਠੀਕ ਆ। ਹੁਣ ਮੁੱਕਦੀ ਗੱਲ ਇਹ ਸੀ, ਵਾਪਸ ਆਏ ਅਸੀਂ ਜਦੋਂ ਕੈਬਿਨ ਦੇ ਵਿੱਚ ਬੈਠੇ ਆ, ਤੇ ਕੋਈ ਗੱਲ ਨੀ, ਏਦਾਂ ਦੀ ਗੱਲ ਹੁੰਦੀ ਰਹਿੰਦੀ। ਮੈਂ ਕਿਹਾ ਮੈਨੂੰ ਵੀ ਪਤਾ ਆ, ਸਾਡੇ ਘਰ ਚ ਵੀ ਵਿਆਹ ਹੁੰਦੇ ਨੇ, ਸਾਡੇ ਘਰ ਚ ਕਈ ਮਾਮਾ ਲੜ ਪੈਂਦਾ, ਫੁੱਫੜ ਲੜ ਪੈਂਦਾ, ਉਹ ਹੋ ਜਾਂਦੀਆਂ, ਪਰ ਸਾਡੇ ਮਾਮੇ ਫੁੱਫੜ ਦੂਜੀਆਂ ਕੁੜੀਆਂ ਨਾਲ ਨੀ ਜਾ ਕੇ ਗਾਲਾਂ ਕੱਢਦੇ, ਉਹ ਆਪਦੇ ਘਰਦਿਆਂ ਨਾਲ ਲੜਦੇ ਨੇ। ਉਹਦੇ ਵਿੱਚ ਵੇਖਿਆ ਜਾ ਰਿਹਾ ਇੱਕ ਬੰਦੇ ਨੇ, ਤੁਸੀਂ ਦੱਸ ਰਹੇ ਗਿਲਾਸ ਸੁੱਟਿਆ ਸੀ, ਗਿਲਾਸ ਮਾਰਿਆ, ਇੱਕ ਜਿਹੜਾ ਉਹਦੇ ਬਾਅਦ ਉੱਥੇ ਪੰਗਾ ਚੱਲਦਾ ਪਿਆ, ਤੁਹਾਨੂੰ ਖਿੱਚ ਕੇ ਲਿਜਾ ਰਹੇ ਨੇ, ਉਹ ਨੋਟਾਂ ਦੀ ਗੱਡੀ, ਉਹ ਦਿਖਾ ਰਹੇ ਸੀਗੇ ਕਿ ਅਸੀਂ ਤੈਨੂੰ ਖਰੀਦਿਆ ਹੋਇਆ ਆ। ਹਾਂ ਉਹਦਾ ਮਤਲਬ ਅਸੀਂ ਤੈਨੂੰ ਖਰੀਦਿਆ ਹੋਇਆ ਆ। ਹਾਂ ਪੈਸੇ ਸਿੱਟੇ ਤੁਸੀਂ, ਪੈਸੇ ਦੇਖੋ ਯਾਰ, ਅੱਜ ਦੀ ਡੇਟ ਦੇ ਵਿੱਚ ਮੈਂ ਜਦੋਂ ਕੰਮ ਸ਼ੁਰੂ ਕੀਤਾ ਸੀ ਸਰ, ਮੈਂ ਕੰਮ ਕੀਤਾ ਸੀਗਾ 1800 ਰੁਪਏ ਪੇਮੈਂਟ ਤੋਂ ਸਟਾਰਟ ਕੀਤਾ ਸੀਗਾ, ਠੀਕ ਹੈ। ਕੰਮ ਵੀ ਨਹੀਂ ਆਉਂਦਾ ਸੀ, 1800 ਰੁਪਏ ਤੋਂ ਕੰਮ ਸਟਾਰਟ ਕੀਤਾ। ਵੈਸਟਰਨ ਵੀ ਕਰਦੀ ਰਹੀ ਹਾਂ ਮੈਂ ਕੰਮ, ਜਿੱਦਾਂ ਨਾਈਟ ਦੇ ਫੰਕਸ਼ਨ ਹੁੰਦੇ ਆ ਨਾ, ਸ਼ੋਰਟ ਡਰੈਸਿਸ ਪਾ ਕੇ ਕੁੜੀਆਂ ਡਾਂਸ ਮੈਂ ਕੀਤੇ ਹੋਏ ਨੇ, ਪਰ ਕੀਤੇ ਹੋਏ ਨੇ ਸਿਰਫ ਕੰਮ ਕੀਤਾ ਹੋਇਆ ਆ ਜਿਹੜਾ ਸਟੇਜ ਤੇ ਪਰਫੋਰਮੈਂਸ ਹੁੰਦੀ ਆ, ਦੈਟਸ ਇਟ, ਹੈ ਨਾ। ਉਸ ਤੋਂ ਬਾਅਦ ਹੌਲੀ ਹੌਲੀ ਮੈਂ ਕਲਚਰ ਦੇ ਵਿੱਚ ਆਈ। ਮੈਂ ਪਟਿਆਲੇ ਕੰਮ ਕਰਦੀ ਸੀ ਪਹਿਲਾਂ, ਮੇਰੀ ਸਟਾਰਟਿੰਗ ਪਟਿਆਲੇ ਤੋਂ ਸੀ ਸਰ, ਇੱਥੇ ਆਈ ਹਾਂ 1800 ਰੁਪਏ ਤੋਂ। ਫਿਰ ਧੀਰੇ ਧੀਰੇ ਜੇ ਮੈਂ ਲੋਕਾਂ ਨੇ ਇੱਜ਼ਤ ਮਾਨ ਬਖਸ਼ਿਆ, ਤਾਂ ਹੀ ਤਾਂ ਮੈਂ ਅੱਜ 25-30 ਹਜ਼ਾਰ ਇੱਕ ਸ਼ੋਅ ਦਾ ਲੈ ਰਹੀ ਹਾਂ। ਜੇ ਇੱਜ਼ਤ ਮਾਨ ਬਖਸ਼ਿਆ, ਅੱਜ ਤੱਕ ਮੇਰੇ ਨਾਲ ਕਦੀ ਕਿਸੇ ਨੇ ਕੁਛ ਨਹੀਂ ਇੱਦਾਂ ਦੀ ਗੱਲ ਕੀਤੀ ਜਿਹੜੀ ਹੁਣ ਹੋਈ ਹੈ। ਕੋਈ ਕੰਪਲੇਂਟ ਵਗੈਰਾ ਵੀ ਕੀਤੀ? ਹਾਂਜੀ, ਮੈਂ ਦਰਖਾਸਤ ਦਿੱਤੀ ਹੋਈ ਹੈ ਸਮਰਾਲਾ ਪੁਲਿਸ ਥਾਣੇ 'ਚ ਕੀਤੀ ਹੋਈ ਹੈ ਮੈਂ ਦਰਖਾਸਤ। ਪਹਿਲਾਂ ਮੈਂ ਆਪਦੇ ਇੱਧਰ ਲੁਧਿਆਣੇ ਗਈ ਸੀ, ਉਹ ਕਹਿੰਦੇ ਸੀ ਜਿੱਥੇ ਵਾਰਦਾਤ ਹੋਈ ਉੱਥੇ ਕਰੀ ਦੀ, ਹੈ ਨਾ। ਫਿਰ ਮੈਂ ਉੱਥੇ ਉਹਨਾਂ ਨੂੰ ਕੀਤੀ ਤੇ ਉਹਨਾਂ ਨੇ ਮੇਰੀ ਲਿਖੀ ਹੋਈ ਆ, ਮੇਰੇ ਕੋਲ ਸਾਰਾ ਉਹਨਾਂ ਦੀ ਰਿਪੋਰਟ ਆ ਗਈ ਆ। ਅੱਜ ਮੈਨੂੰ ASI ਸਾਹਿਬ ਦਾ ਫੋਨ ਆਇਆ ਸੀ, ਉਹ ਕਹਿ ਰਹੇ ਨੇ ਕਿ ਬਈ ਆਪਾਂ ਨੂੰ ਅੱਜ ਕੋਈ ਮਤਲਬ ਪਤਾ ਨਹੀਂ, ਚੰਡੀਗੜ੍ਹ ਗਏ ਹੋਏ ਨੇ ਵੱਡੇ ਸਾਹਿਬ, ਉਹਨਾਂ ਨਾਲ ਗੱਲ ਕਰਕੇ ਆਪਾਂ ਸਾਰਾ ਮਾਮਲਾ ਤੁਹਾਡਾ ਕਰਾਂਗੇ। ਬਾਕੀ ਹਲੇ ਗੱਲ ਚੱਲਦੀ ਪਈ ਆ, ਕਰਦਾ ਹੈ ਕਿ ਤੁਸੀਂ ਬੰਦੇ ਨੇ ਤੁਹਾਡੇ ਨਾਲ ਬਿਹੇਵ ਮਿਸਬਿਹੇਵ ਕੀਤਾ, ਉਹ ਹੈ ਕੌਣ ਸੀ, ਮਤਲਬ ਘਰਾਤੀ ਸੀ, ਬਰਾਤੀ ਸੀ ਜਾਂ ਵੈਸੇ ਕੋਈ ਬਾਹਰੋਂ ਆਇਆ? ਦੇਖੋ ਜੀ, ਆਪਾਂ ਸਟੇਜ ਵੱਲ ਸਾਨੂੰ ਇਹ ਪਤਾ ਹੁੰਦਾ ਵਾ ਭੰਗੜੇ ਵਾਲਾ ਕੌਣ ਹੈ, ਸਾਨੂੰ ਇਹ ਪਤਾ ਹੁੰਦਾ ਓਰਗਨਾਈਜ਼ਰ ਕੌਣ ਹੈ, ਹੁਣ ਸਾਹਮਣੇ ਵਾਲੀ ਪਾਰਟੀ ਕੌਣ ਹੈ ਨੋ ਸਾਨੂੰ ਨਹੀਂ। ਜਿਵੇਂ ਤੁਸੀਂ ਕੰਪਲੇਂਟ ਕਰਾਈਏ ਕੁਝ ਸਾਹਮਣੇ ਆਇਆ, ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਜਿਹੜੇ ਬੰਦੇ ਨੇ ਮੈਨੂੰ ਸਪਾਂਸਰ ਕੀਤਾ ਸੀ ਉਹਨੂੰ ਪੁੱਛੋ ਕਿ ਉਹ ਬੰਦੇ ਕੌਣ ਸੀ, ਮੈਂ ਉਹਦੇ ਤੇ ਉਹਨੂੰ ਕੀਤਾ ਹੋਇਆ ਵਾ ਕਿ ਉਹਦੀ ਰਿਸਪੋਂਸਿਬਿਲਟੀ ਹੈ ਜਿਹੜਾ ਮੈਨੂੰ ਲੈ ਕੇ ਗਿਆ। ਹੁਣ ਤੁਸੀਂ ਮੈਨੂੰ ਲੈ ਕੇ ਜਾਂਦੇ ਹੋ, ਠੀਕ ਆ, ਕਿਸੇ ਸ਼ੋਅ ਤੇ, ਕੱਲ ਨੂੰ ਉੱਥੇ ਕੋਈ ਗੱਲ ਹੋ ਜਾਂਦੀ ਹੈ ਤੇ ਮੈਂ ਤੁਹਾਨੂੰ, ਮੈਂ ਉੱਥੇ ਜਾ ਕੇ ਹੀ ਲਿਖਾਵਾਂਗੀ ਨਾ, ਮੈਂ ਉਹਨਾਂ ਨੂੰ ਨਹੀਂ ਜਾਣਦੀ, ਮੈਂ ਤੁਹਾਡੇ ਨਾਮ ਲਿਖਾਉਂਗੀ ਨਾ ਉਹਦੇ ਵਿੱਚ। ਮੈਂ ਕੋਈ ਇਹ ਨਹੀਂ ਕਹਿ ਰਹੀ ਕਿ ਉਹ ਬੰਦਾ ਗਲਤ ਆ, ਨਹੀਂ, ਮੈਂ ਲਾਡੀ ਗਿੱਲ ਨੂੰ ਜਿੱਦਾਂ ਉਹਨਾਂ ਦਾ ਨਾਮ ਹੈ, ਮੈਂ ਉਹਨਾਂ ਨੂੰ ਨਹੀਂ ਕਹਿ ਰਹੀ ਕਿ ਉਹਨਾਂ ਦੀ ਗਲਤੀ, ਮੈਂ ਸਿਰਫ ਉਹਨਾਂ ਦਾ ਨਾਮ ਇਸ ਕਰਕੇ ਲਿਖਵਾਇਆ ਕਿ ਬਈ ਤੁਸੀਂ ਮੈਨੂੰ ਲੈ ਕੇ ਗਏ ਸੀ ਤੇ ਤੁਹਾਨੂੰ ਉਹ ਬੰਦਿਆਂ ਦਾ ਪਤਾ ਹੋਣਾ ਹੈ, ਤੁਸੀਂ ਪਤਾ ਕਰਕੇ ਦਿਓ, ਦੈਟਸ ਇਟ। ਹਾਂਜੀ, ਤੁਸੀਂ ਜਾਂਦੇ ਹੋ ਇਸ ਤਰ੍ਹਾਂ ਦੇ ਫੰਕਸ਼ਨਾਂ ਵਿੱਚ, ਹੋਰ ਵੀ ਜੋ ਹੈ ਜਾਂਦੇ ਤੁਹਾਡੇ ਡਾਂਸਰ ਮਿਸਬਿਹੇਵ ਕਈ ਵਾਰੀ ਹੋ ਜਾਂਦਾ, ਤੇ ਕਿਸ ਤਰ੍ਹਾਂ ਦਾ ਸੁਨੇਹਾ ਤੁਸੀਂ ਲੋਕਾਂ ਨੂੰ ਦਿਓਗੇ, ਕਿਉਂਕਿ ਇੱਜ਼ਤ ਮਾਨ ਤੁਹਾਡੀ ਵੀ ਹੈ, ਸਭ ਦੀ ਹੈ, ਤੇ ਇਸ ਤਰ੍ਹਾਂ ਦਾ ਕੋਈ ਵਿਵਹਾਰ ਨਾ ਕੀਤਾ ਜਾਵੇ ਕਿ ਜੋ ਤੁਸੀਂ ਕੰਮ ਕਰ ਰਹੇ ਹੋ
ਉਸਨੂੰ ਉਸ ਨਜ਼ਰ ਨਾਲ ਦੇਖਿਆ ਜਾਵੇ, ਗਲਤ ਨਜ਼ਰ ਨਾਲ ਨਾ ਦੇਖਿਆ ਜਾਵੇ, ਜਾਂ ਗਲਤ ਕਾਊਂਟ ਨਾ ਕੀਤਾ ਜਾਵੇ। ਓਬਵੀਅਸਲੀ ਇਹਦੇ ਅਕਲ ਆਪਣੇ ਆਪ ਹੋਣੀ ਚਾਹੀਦੀ ਹੈ ਲੋਕਾਂ ਨੂੰ, ਇਸ ਮੈਸੇਜ ਦੀ ਤਾਂ ਲੋੜ ਹੀ ਨਹੀਂ, ਕਿਉਂਕਿ ਮੈਂ ਜਦੋਂ ਕੰਮ ਕਰਦੀ ਹਾਂ ਨਾਲ ਪਰਫਾਰਮ ਕਰਦੀ, ਸਾਰੇ ਮੈਨੂੰ ਇੰਨਾ ਪਿਆਰ ਕਰਦੇ, ਇਨਾਮ ਦੇ ਕੇ ਜਾਂਦੇ ਨੇ, ਸਾਰੇ ਲੋਕ ਨਹੀਂ ਹੈਗੇ ਇਵੇਂ ਦੇ, ਗਿਣੇ ਚੁਣੇ ਕਈ ਲੋਕ ਨੇ ਜਿਹੜੇ ਮਤਲਬ ਇਵੇਂ ਦਾ ਬਿਹੇਵ ਕਰਦੇ ਨੇ, ਹੈ ਨਾ, ਗਿਣੇ ਚੁਣੇ ਲੋਕ ਨੇ ਇੱਦਾਂ ਦੇ, ਤੇ ਮੈਨੂੰ ਨਹੀਂ ਸੀ ਲੱਗਦਾ ਕਿ ਇੱਦਾਂ ਦੀ ਹਰਕਤ ਵੀ ਮੇਰੇ ਨਾਲ ਹੋ ਸਕਦੀ ਆ, ਜਾਂ ਇਵੇਂ ਦਾ ਵੀ ਕੁਛ ਹੋ ਸਕਦਾ। ਮੈਨੂੰ ਪਹਿਲਾਂ ਵੀ ਲੋਕਾਂ ਨੇ ਕਿਹਾ ਵਾ ਕਿ ਆ ਜਾਓ, ਕਈ ਬਾਂਹ ਫੜ ਲੈਂਦੇ ਆ, ਆਪਾਂ ਸਰ ਜੀ ਨਹੀਂ ਪਲੀਜ਼ ਏਦਾਂ ਨਹੀਂ, ਹੈ ਨਾ, ਆਪਾਂ ਕੋਆਪਰੇਟ ਜਿੱਥੋਂ ਤੱਕ ਹੁੰਦਾ ਉੱਥੋਂ ਤੱਕ ਕਰਦੇ ਆ। ਪਰ ਕੱਲ ਪਰ ਹਾਈ ਹੋ ਗਿਆ ਸੀਗਾ ਕਿ ਤੂੰ ਗਲਾਸ ਮਾਰਦਾ ਚੱਕ ਕੇ, ਉੱਪਰੋਂ ਜਿਹੜੇ ਬੰਦੇ ਲੈ ਕੇ ਗਏ ਆ ਉਹ ਮੇਰੀ ਗਲਤੀ ਕੱਢ ਰਹੇ ਨੇ। ਲੱਗਦਾ ਤੁਸੀਂ ਕਿਉਂਕਿ ਬਹੁਤ ਜ਼ਿਆਦਾ ਹਾਈਪਰ ਸੀ, ਮੇਰੇ ਕਿਹਾ ਜੁੱਤੀ ਲਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਤੁਸੀਂ ਥੱਲੇ ਚੁੱਕ ਕੇ, ਤੇ ਕਿਤੇ ਨਾ ਕਿਤੇ ਆਪਣੀ ਵੀ ਗਲਤੀ ਥੋੜੀ ਜਿਹੀ ਮੰਨਦੇ ਹੋ ਕਿ ਗੁੱਸੇ ਵਿੱਚ ਸੀ ਆਪਣੀ। ਦੇਖੋ ਓਬਵੀਅਸਲੀ ਜਿਨ੍ਹਾਂ ਨੇ ਸਾਹਮਣੇ ਵੀਡੀਓ ਦੇਖੀ ਉਹਨਾਂ ਨੇ ਮੇਰੀਆਂ ਗਾਲਾਂ ਸੁਣੀਆਂ, ਜਿਹੜਾ ਪਹਿਲਾ ਇੰਸੀਡੈਂਟ ਹੋਇਆ ਜਿਹੜੀਆਂ ਉਹਨਾਂ ਨੇ ਮੈਨੂੰ ਬੇਵ ਕੀਤਾ ਆ, ਇਹ ਤਾਂ ਸਿਰਫ ਵੀਡੀਓ ਦੇ ਵਿੱਚ ਗਲਾਸ ਤੋਂ ਸਟਾਰਟ ਹੋਈ ਹੈ ਵੀਡੀਓ, ਪਹਿਲਾਂ ਜਿਹੜਾ ਮਿਸਬਿਹੇਵ ਹੋਇਆ ਉਹ ਚੀਜ਼ਾਂ ਤਾਂ ਰਿਕਾਰਡ ਨਹੀਂ ਹੋਈਆਂ ਨਾ, ਉਹ ਤੁਸੀਂ ਪੈਲਸ ਦੇ ਵਿੱਚ ਰਿਕਾਰਡ ਕਰਵਾਓ ਗੱਲ ਕੀ ਹੋਈ ਸੀ ਜਿੱਦਾਂ ਕਿੱਦਾਂ। ਉਹਨਾਂ ਨੇ ਮੈਨੂੰ ਕਿਹਾ ਜਾ ਪਰੇ ਦਾ ਏਦਾਂ ਦਾ ਕਿਉਂ, ਮੈਂ ਮੇਰੇ ਪਤਾ ਨਹੀਂ ਕਿਉਂ ਇੱਕ ਬੰਦੇ ਦੇ ਖੂਨ ਚ ਹੁੰਦੀ ਨਾ ਚੀਜ਼ ਕਿ ਯਾਰ ਮੈਂ ਡਾਂਸ ਕਰਨਾ ਵਾ, ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਘਟਦਾ ਸੀ ਜੇ ਮੈਂ ਉੱਥੇ ਖੜੀ ਰਹਿੰਦੀ ਤਾਂ। ਉਹਨਾਂ ਦੀਆਂ ਬੇਟੀਆਂ ਮੇਰੇ ਨਾਲ ਆ ਕੇ ਡਾਂਸ ਕਰ ਰਹੀਆਂ ਸੀ, ਛੋਟੀਆਂ ਛੋਟੀਆਂ, ਮੇਰੇ ਕੋਲ ਵੀਡੀਓ ਹੈਗੀ ਹੈ, ਉਹਨਾਂ ਦੀਆਂ ਬੇਟੀਆਂ ਡਾਂਸ ਕਰ ਰਹੀਆਂ ਸੀ ਮੇਰੇ ਨਾਲ, ਤੇ ਜੇ ਮੈਂ ਉੱਥੇ ਖੜੀ ਰਹਿੰਦੀ ਤਾਂ ਕੀ ਕਰ ਜਾਂਦਾ, ਜੇ ਮੈਂ ਤੁਹਾਡੀ ਗੱਲ ਨਹੀਂ ਮੰਨੀ ਮਤਲਬ ਸਟੇਜ ਤੋਂ ਪਰੇ ਜਾ ਕਿਉਂ। ਇਹੀ ਸੀਗਾ ਮੁੱਦਾ ਸਰ ਕਿ ਮੈਂ ਸਟੇਜ ਤੋਂ ਪਰੇ ਨਹੀਂ ਜਾਣਾ। ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਚਾਹੁੰਦੇ? ਕਾਰਵਾਈ ਇਹ ਚਾਹੁੰਦੀ ਉਹਨਾਂ ਦੇ ਉੱਪਰ ਕਿ ਉਹਨਾਂ ਨੇ ਜਿਹੜਾ ਮੇਰਾ ਜਿਹੜੀ ਗੱਲ ਤਾਂ ਹੋਈ ਤਾਂ ਹੋਈ, ਗਲਾਸ ਮਾਰਿਆ ਉਹਨਾਂ ਨੇ ਮੇਰੇ, ਮਾਨਹਾਨੀ ਦਾ ਕੇਸ ਆ, ਮੈਂ ਤਾਂ ਕਰੂੰਗੀ। ਆਫਕੋਰਸ ਹੁਣ ਵੀਡੀਓ ਵੀ ਵਾਇਰਲ ਹੋ ਰਹੀ ਆ, ਇਹ 'ਚ ਮੇਰੀ ਇਨਸਲਟ ਵੀ ਆ, ਇਹ ਕੋਈ ਐਡੀ ਉਹ ਚੀਜ਼ ਨਹੀਂ ਕਿ ਮੈਂ ਗਾਲਾਂ ਕੱਢ ਰਹੀ ਹਾਂ ਤੇ ਬੜੀ ਬਹਾਦਰੀ ਵਾਲੀ ਗੱਲ ਹੈ, ਇਹ ਮੇਰੀ ਡਿਸਰਿਸਪੈਕਟ ਆ। ਮੇਰਾ ਬਾਪ ਸੁਣੂਗਾ ਤੇ ਕੀ ਸੋਚੂਗਾ ਕਿ ਮੇਰੀ ਬੇਟੀ ਇੰਨੀ ਗੰਦੀ ਲੈਂਗੁਏਜ ਯੂਜ਼ ਕਰ ਰਹੀ ਆ, ਇਹ ਕੋਈ ਬਹਾਦਰੀ ਨਹੀਂ ਹੈ ਮੇਰੇ ਵਾਸਤੇ। ਪਰ ਉਹਨਾਂ ਨੇ ਮੈਨੂੰ ਮਜਬੂਰ ਕੀਤਾ ਇਸ ਚੀਜ਼ ਕਰਨ ਲਈ, ਉਹਨਾਂ ਨੇ ਮਜਬੂਰ ਕੀਤਾ ਕਿ ਭਾਈ ਤੁਸੀਂ ਕਿਸੇ ਨੂੰ ਉਕਸਾਉਣਾ ਜਿੱਦਾਂ, ਹੈ ਨਾ, ਮਤਲਬ ਬਹੁਤ ਟਾਈਮ ਤੋਂ ਇੰਨੇ ਸਾਲ ਹੋ ਗਿਆ ਆਪਾਂ ਕੋਈ ਨੀਚੋ ਗੰਦੇ ਇਸ਼ਾਰੇ ਕਰਦਾ ਆ, ਕੋਈ ਪੁੱਛ ਕਰਦਾ ਆ, ਆਪਾਂ ਇੱਦਾਂ ਕਰਕੇ ਨਾ ਸੁਣਵਾਏ, ਮਤਲਬ ਜਵਾਬ ਨਹੀਂ ਹੁੰਦਾ ਸਾਡੇ ਕੋਲ ਕਿ ਅਸੀਂ ਨਹੀਂ ਕੁਛ ਕਰ ਸਕਦੇ, ਹੈ ਨਾ। ਕਈ ਵਾਰ ਸਾਨੂੰ ਇੱਦਾਂ ਦੇ ਅਸੂਲ ਬਣਾਏ ਹੁੰਦੇ ਆ ਕਿ ਨਾ ਯਾਰ ਇਗਨੋਰ, ਆਪਾਂ ਇਹਨਾਂ ਵੱਲ ਦੇਖਣਾ ਹੀ ਨਹੀਂ ਆ, ਇਗਨੋਰ ਕਰੋ, ਹੈ ਨਾ, ਚਲੋ ਜਿਹੜੇ ਪਿਆਰ ਕਰਦੇ ਆ ਉਹਨਾਂ ਨਾਲ ਗੱਲਾਂ ਕਰੋ, ਜਿਹੜੀਆਂ ਲੇਡੀਜ਼ ਨੇ ਉਹਨਾਂ ਨਾਲ ਬਿਹੇਵ ਅੱਛਾ, ਜਿਹੜੇ ਸਾਡੇ ਨਾਲ ਬਿਹੇਵ ਅੱਛਾ ਕਰਦੇ ਉਹਨਾਂ ਨਾਲ ਕਰੋ, ਬਾਕੀ ਨੂੰ ਇਗਨੋਰ ਕਰੋ, ਹੈ ਨਾ। ਕਈ ਕਈ ਵਾਰ ਤਾਂ ਇੱਦਾਂ ਹੋ ਜਾਂਦਾ ਵਾ ਲੋਕ ਸਾਨੂੰ ਕਹਿ ਦਿੰਦੇ ਆਹ ਸੂਟ ਨਹੀਂ ਪਾਉਣਾ, ਦੂਜਾ ਸੂਟ ਪਾ ਕੇ ਆਓ, ਹੈ ਨਾ, ਚਲੋ ਠੀਕ ਹੈ ਅਸੀਂ ਦੂਜਾ ਸੂਟ ਵੀ ਪਾ ਲੈਂਦੇ ਹਾਂ, ਹੁਣ ਸਾਨੂੰ ਇਰੀਟੇਟ ਵਾਰ ਵਾਰ ਕਰੇ। ਤੁਹਾਡਾ ਜਿਹੜਾ ਕੰਮ ਹੈ ਉਹ ਹੈ ਕਿ ਲੋਕਾਂ ਦਾ ਮਨੋਰੰਜਨ ਕਰਨਾ, ਉਹਨਾਂ ਨੂੰ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਕੇ ਹੋਰ ਖੁਸ਼ੀ ਵਧਾਉਣਾ ਵਧਾਉਣਾ, ਲੇਕਿਨ ਕੁਛ ਇਹੋ ਜਿਹੇ ਲੋਕ ਜਿਹੜੇ ਨੇ ਕਈ ਵਾਰੀ ਪੰਗਾ ਵੀ ਪਾ ਦਿੰਦੇ ਆ, ਜੋ ਕਰਕੇ ਜ਼ਬਰਦਸਤੀ, ਮਤਲਬ ਕਹਿੰਦੇ ਨੇ ਕਿ ਜੋ ਤੁਸੀਂ ਦੱਸ ਰਹੇ ਹੋ ਕਿ ਥੱਲੇ ਆ ਕੇ ਡਾਂਸ ਕਰ ਜਾਂ ਇਸ ਤਰ੍ਹਾਂ ਦੀ ਡਰੈਸ ਪਾ ਜਾਂ ਇਸ ਤਰ੍ਹਾਂ ਦੇ ਅਸ਼ਲੀਲ ਇਸ਼ਾਰੇ ਵੀ ਹੁੰਦੇ ਨੇ ਕਈ ਵਾਰੀ, ਤਾਂ ਉਹ ਚੀਜ਼ਾਂ ਦੇ ਨਾਲ ਮਾਹੌਲ ਖਰਾਬ ਕਰ ਦਿੰਦੇ ਨੇ, ਕਿਉਂਕਿ ਕਿਸੇ ਦਾ ਫੰਕਸ਼ਨ ਹੁੰਦਾ, ਫੰਕਸ਼ਨ ਵੀ ਖਰਾਬ ਹੁੰਦਾ। ਦੇਖੋ ਜੀ ਮੈਂ ਕੀ ਕਹਿੰਦੇ ਆ, ਮੇਰੇ ਡੈਡੀ ਅਲਾਅ ਨਹੀਂ ਕਰਦਾ ਮੈਨੂੰ ਕੰਮ ਕਰਨ ਦੀ, ਠੀਕ ਹੈ, ਮੈਂ ਜੱਟਾਂ ਦੀ ਕੁੜੀ ਹਾਂ, ਸੰਧੂਆਂ ਦੀ, ਅਤੇ ਮੇਰਾ ਡੈਡੀ ਅਲਾਅ ਨਹੀਂ ਕਰਦਾ, ਪਰ ਸਾਡੇ ਘਰੇ ਗਰੀਬੀ ਵੀ, ਅਸੀਂ ਗਰੀਬ ਜੱਟ ਆ, ਠੀਕ ਆ, ਅਤੇ ਮੈਂ ਸਾਡੇ ਘਰ ਦੇ ਸਾਨੂੰ ਕਹਿੰਦੇ, ਮੇਰੇ ਘਰ ਦੇ ਅੱਜ ਵੀ ਕਹਿੰਦੇ ਆ, ਬੜੇ ਚਿਰ ਦੇ ਕਹਿੰਦੇ ਛੱਡਦੇ, ਮੈਂ ਕਿਹਾ ਨਹੀਂ ਡੈਡੀ ਹੱਲੇ ਨਹੀਂ, ਜੇ ਮੈਂ ਘਰੇ ਗਈ ਉਹਨਾਂ ਨੇ ਮੇਰਾ ਰਿਸ਼ਤਾ ਕਰ ਦੇਣਾ, ਵਿਆਹ ਕਰ ਦੇਣਾ ਵਾ, ਫਿਰ ਉਹੀ ਤੁਹਾਨੂੰ ਪਤਾ ਕਹਾਣੀਆਂ ਭਾਂਡੇ ਇਹ ਉਹ, ਪਰ ਜ਼ਿੰਦਗੀ ਦਾ ਇੱਕ ਹਿੱਸਾ ਜ਼ਰੂਰੀ ਹੈ, ਹਿੱਸਾ ਹੈ। ਪਰ ਬੰਦਾ ਦੇਖੋ, ਜੇ ਆਪਾਂ ਗਰੀਬ ਮਾਂ ਬਾਪ ਦੀ ਕੁੜੀ ਵਿਆਹਨੇ ਆ, ਤੇ ਸਾਨੂੰ ਉਸ ਲੈਵਲ ਦਾ ਹੀ ਪਤੀ ਮਿਲਦਾ,
ਠੀਕ ਹੈ, ਜੇ ਆਪਾਂ ਥੋੜਾ ਜਿਹਾ ਆਪਦੇ ਘਰਦਿਆਂ ਦਾ ਇੱਜ਼ਤ ਮਾਨ ਵਧਾ ਦਈਏ, ਉਹਨਾਂ ਦੀ ਉਹਨਾਂ ਨੂੰ ਆਪਾਂ ਇੱਥੇ ਲੈ ਕੇ ਚੱਲੀਏ, ਤੇ ਉਹਨਾਂ ਦਾ ਜਵਾਈ ਵੀ ਉਹਨਾਂ ਨੂੰ ਉੱਥੋਂ ਵਾਲੇ ਹੀ ਮਿਲੇਗਾ ਨਾ। ਮੈਂ ਸਿਰਫ ਇਹ ਚਾਹੁੰਦੀ ਹਾਂ, ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਘਰ ਦੇ ਮੇਰਾ ਵਿਆਹ ਨਾ ਕਰਨ ਜਾਂ ਕੁਛ ਨਾ ਕਰਨ, ਕਰਾਵਾਂਗੇ, ਪਰ ਪਹਿਲਾਂ ਆਪਦੇ ਬਾਪ ਨੂੰ ਥੋੜਾ ਕੁਛ ਬਣਾ ਲਈਏ ਨਾ। ਭਾਵੇਂ ਜੇ ਉਹ ਠੀਕ ਆ, ਕੋਈ ਟਾਈਮ ਸੀ, ਮੇਰੇ ਮੰਮਾ ਦੀ ਡੈਥ ਹੋ ਗਈ ਸੀ, ਮੈਂ ਛੋਟੀ ਸੀਗੀ, ਮੈਂ ਆਪਦੀ ਮੰਮਾ ਦਾ ਫੇਸ ਨਹੀਂ ਦੇਖਿਆ ਹੋਇਆ, ਤੇ 3-4 ਮਹੀਨਿਆਂ ਦੀ ਸੀ ਮੈਂ, ਤੇ ਮੇਰੀ ਭੂਆ ਨੇ ਮੈਨੂੰ ਪਾਲਿਆ, ਅੰਮ੍ਰਿਤਸਰ ਵਾਲੀ ਨੇ, ਉਹ ਆ ਰਹੀ ਆ ਹੁਣ, ਉਹਨਾਂ ਨੇ ਮੈਨੂੰ ਪਾਲਿਆ, ਉਹਨਾਂ ਨੇ ਮੈਨੂੰ ਉਸ ਤੋਂ ਬਾਅਦ 9th ਕਲਾਸ ਤੋਂ ਬਾਅਦ ਹੋਸਟਲ 'ਚ ਪਾਤਾ ਮੈਨੂੰ, ਤੇ ਇਸ ਲਾਈਨ 'ਚ ਮੇਰੀ ਭੈਣ ਮੈਨੂੰ ਲੈ ਕੇ ਆਈ ਸੀਗੀ, ਮੇਰੀ ਵੱਡੀ ਭੈਣ ਇਸ ਲਾਈਨ 'ਚ ਮੈਨੂੰ, ਹਾਂਜੀ ਉਹ ਵੀ ਇਹ ਕੰਮ ਕਰਦੀ ਸੀਗੀ, ਤੇ ਉਹ ਇਸ ਲਾਈਨ 'ਚ ਲੈ ਕੇ ਆਈ। ਮੈਂ ਕਹਿਣਾ ਯਾਰ ਆਹ ਬੜਾ ਸੋਹਣਾ ਸੂਟ ਪਾਇਆ ਹੋਇਆ ਤੂੰ, ਹੈ ਨਾ, ਬੜਾ ਸੋਹਣਾ ਕੀਤਾ, ਬੱਚਿਆਂ ਨੂੰ ਹੁੰਦਾ ਹੀ ਹੈ ਨਾ 10th ਕਲਾਸ 'ਚ ਵੀ, ਆਪਾਂ ਹੁਣ ਤਾਂ ਅੱਜ ਕੱਲ੍ਹ ਬੱਚੇ ਬੜੇ ਸਿਆਣੇ ਹੋਏ, ਉਦੋਂ ਤਾਂ ਆਪਾਂ ਇਹੀ ਸੋਚਦੇ ਸੀ ਹਾਏ ਇੰਨਾ ਸੋਹਣਾ। ਤੇ ਉਹਨੇ ਮੈਨੂੰ ਕਹਿਣਾ ਹਾਂ ਹਾਂ ਇੱਦਾਂ ਇੱਦਾਂ ਕਰਕੇ ਨਾ ਮੈਂ ਕੰਮ ਕਰਦੀ, ਉਹਨੂੰ ਵੀ ਕਿਸੇ ਨੇ ਪਾਇਆ ਸੀ, ਉਹ ਲੰਬੀ ਕਹਾਣੀ ਹੈ। ਤੇ ਚਲੋ ਫਿਰ ਮੈਂ ਕਿਹਾ, ਮੈਂ ਮੈਨੂੰ ਲੈ ਗਈ ਉੱਥੋਂ, ਮੈਂ ਹੀ ਪਟਿਆਲੇ ਚਲ ਗਈਆਂ, ਜਿੱਦਾਂ ਨਵੇਂ ਨਵੇਂ 1800 ਰੁਪਇਆ ਵੀ ਇੰਨਾ ਜ਼ਿਆਦਾ ਲੱਗਦਾ ਸੀ ਛੋਟੇ, ਮਤਲਬ 10ਵੀਂ 11ਵੀਂ ਵਾਲੇ ਬੱਚੇ ਨੂੰ, ਜਿਹਨੂੰ ਘਰ ਸਿਰਫ 500-600 ਰੁਪਇਆ ਵੀ ਮਸੀ ਕਦੀ ਦੇਖਣ ਨੂੰ ਮਿਲਦਾ ਸੀਗਾ, ਹੈ ਨਾ। ਤੇ ਉੱਥੇ ਜਾ ਕੇ ਸਾਨੂੰ ਵਧੀਆ ਪੈਸੇ ਮਿਲਣ ਲੱਗੇ, ਤੇ ਅਸੀਂ ਕਿਹਾ ਕਿ ਚਲੋ ਵਧੀਆ, ਪੈਂਦੇ 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 ਪੈ ਗਏ। ਪਰ ਇਹ ਲਾਈਨ ਗਲਤ ਬਿਲਕੁਲ ਨਹੀਂ ਹੈਗੀ, ਇਸ ਤਰ੍ਹਾਂ ਲੋਕ ਸਮਝਦੇ ਨੇ ਇਹ ਲਾਈਨ ਵਰਗਾ, ਇਸ ਲਾਈਨ ਵਰਗਾ। ਮੈਂ ਇਹ ਨਹੀਂ ਕਹਿੰਦੀ ਕਿ ਸਾਰੀਆਂ ਕੁੜੀਆਂ ਆ ਜਾਓ ਹੁਣ ਇਸ ਲਾਈਨ 'ਚ ਹੀ ਪਾਓ ਤੁਸੀਂ, ਇਹ ਗੱਲ ਮੈਂ ਬਿਲਕੁਲ ਨਹੀਂ ਕਹਿ ਰਹੀ, ਪੜ੍ਹੋ ਲਿਖੋ ਜੋ ਬੰਦਾ ਬਣੋ, ਪਰ ਜੇ ਤੁਸੀਂ ਕਹਿੰਦੇ ਹੋ ਇਹ ਲਾਈਨ ਗਲਤ ਆ, ਇਹ ਲਾਈਨ ਗਲਤ ਹੈ ਨਹੀਂ, ਇਹ ਆਪਣੇ ਉੱਤੇ ਆ। ਮੈਂ ਕੰਮ ਕਰਕੇ ਆਉਂਦੀ ਹਾਂ, ਰਾਤ ਨੂੰ 2 ਵਜੇ ਆਉਂਦੀ ਹਾਂ, 3 ਵਜੇ ਆਉਂਦੀ ਹਾਂ, ਆਪਦੇ ਘਰ ਆਉਂਦੀ, ਠੀਕ ਆ। ਜੇ ਮੈਂ ਪਰਸਨਲੀ ਕਿਸੇ ਨੂੰ, ਜੇ ਮੇਰਾ ਕੋਈ ਬੋਏਫ੍ਰੈਂਡ ਜਾਂ ਕੁਛ ਵੀ, ਉਹ ਮੇਰੀ ਪਰਸਨਲ ਚੀਜ਼ ਆ, ਹੈ ਨਾ, ਉਹ ਪਰਸਨਲ ਆ ਜਾਂ ਕੁਛ ਵੀ ਆ, ਅਦਰਵਾਈਜ਼ ਮੇਰੀ ਇੰਗੇਜਮੈਂਟ ਹੋਈ ਸੀਗੀ ਜਾਂ ਕਿੱਦਾਂ ਕਿੱਦਾਂ, ਉਸ ਟਾਈਮ ਮੈਂ ਮੈਂਟਲੀ ਅਪਸੈਟ ਹੋ ਗਈ ਸੀ, ਤੇ ਉਹਨਾਂ ਨੇ ਕਹਿਤਾ ਕਿ ਭਈ ਅਸੀਂ ਰਿਸ਼ਤਾ ਨਹੀਂ ਰੱਖਣਾ, ਤੇ ਮੇਰੇ ਪਾਪਾ ਨੂੰ ਕਹਿਤਾ, ਬਾਅਦ 'ਚ ਕਹਿਣ ਲੱਗੇ ਰਿਸ਼ਤਾ ਰੱਖਣਾ ਆ, ਮੇਰੇ ਪਾਪਾ ਦੇ ਅੱਖਾਂ 'ਚ ਆਂਸੂ ਆ ਗਏ ਸੀਗੇ ਜਦੋਂ ਜਵਾਬ ਦਿੱਤਾ। ਤੇ ਫਿਰ ਮੈਂ ਸੋਚਿਆ ਕਿ ਹੱਲੇ ਨਹੀਂ ਵਿਆਹ ਕਰਾਉਣਾ, ਕਰਾਵਾਂਗੇ, ਤੇ ਬਸ ਇਹੀ ਅਣਖਾਂ ਜਿਹੀਆਂ ਹੁੰਦੀਆਂ ਵਾ, ਬਸ ਹੋਰ ਕੁਛ ਨਹੀਂ ਭਾਅ ਜੀ। ਸਾਡੇ ਨਾਲ ਜਿਨ੍ਹਾਂ ਨਾਲ ਵਿਵਾਦ ਬਹੁਤ ਜ਼ਿਆਦਾ ਚਰਚਾ ਵਿੱਚ ਹੈ, ਜੋ ਅੱਜ ਤੁਸੀਂ ਦੇਖ ਸਕਦੇ ਹੋ, ਇਹਨਾਂ ਨੇ ਆਪਣੀ ਗੱਲ ਦੱਸੀ ਕਿ ਇਸ ਤਰ੍ਹਾਂ ਜੋ ਹੈ ਉਹਨਾਂ ਨੂੰ ਕਿਹਾ ਗਿਆ ਕਿ ਉਹ ਥੱਲੇ ਆ ਕੇ, ਸਟੇਜ ਤੋਂ ਥੱਲੇ ਆ ਕੇ ਡਾਂਸ ਕਰਨ, ਇਹਨਾਂ ਨੇ ਮਨਾ ਕੀਤਾ, ਅਤੇ ਇਹਨਾਂ ਨੂੰ ਕਿਹਾ ਕਿ ਤੂੰ ਜਾ ਇੱਥੋਂ ਬਾਹਰ ਜਾ। ਇਸ ਗੱਲ 'ਤੇ ਕੁਛ ਹੋਰ ਵੀ ਜੋ ਹੈ ਉਹਨਾਂ ਦੀ ਬੋਲਚਾਲ ਹੋਈ, ਕਿਹਾ ਜਾ ਰਿਹਾ ਕਿ ਉਹ ਉਸ ਵਿਅਕਤੀ ਵੱਲੋਂ ਵੀ ਗਾਲਿਆ ਕੱਢਿਆ ਗਿਆ, ਅਤੇ ਉਸਦੇ ਬਾਅਦ ਜਿਹੜੇ ਹਾਈਪਰ ਹੋ ਗਏ, ਹਾਈਪਰ ਹੋਣ ਤੋਂ ਬਾਅਦ ਇਹਨਾਂ ਵੱਲੋਂ ਵੀ ਜੋ ਹੈ ਥੋੜ੍ਹੀ ਜਿਹੀ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਹਨਾਂ ਦੀ ਗੱਲਬਾਤ ਨੂੰ, ਤੋਂ ਜਿਹੜੀ ਵੀਡੀਓ ਉਸ ਨੂੰ, ਕਿ ਕੌਣ ਗਲਤ ਹੈ ਕੌਣ ਸਹੀ ਹੈ, ਕਮੈਂਟ ਬਾਕਸ ਵਿੱਚ ਦੱਸਣਾ। ਅਤੇ ਔਰ ਇੱਕ ਗੱਲ ਹੋਰ ਕਹਿਣਾ ਚਾਹਾਂਗੇ, ਕਿਉਂਕਿ ਜਿਹੜੇ ਡਾਂਸ ਕਰਦੇ ਨੇ ਸਟੇਜ 'ਤੇ, ਖਾਸ ਕਰ ਲੇਡੀ ਡਾਂਸਰਾਂ ਹੁੰਦੀਆਂ, ਉਹਨਾਂ ਦੀ ਆਪਣੀ ਇੱਜ਼ਤ ਹੁੰਦੀ ਹੈ, ਉਹਨਾਂ ਦੀ ਇੱਜ਼ਤ ਦਾ ਵੀ ਜੋ ਹੈ ਪੂਰਾ ਖਿਆਲ ਰੱਖਿਆ ਜਾਵੇ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਹੀ ਸੁਰਕਾਤ ਅਤੇ ਰਹਿਮਤ ਟੀਵੀ ਲੁਧਿਆਣਾ।